ਸਵਾਗਤ ਹੈ ਦੋਸਤੋ ਤੁਹਾਡਾ ਪ੍ਰਗਟ ਸਿੰਘ ਲੁੱਪੋਕੇ ਚੈਨਲ ਤੇ ਦੋਸਤੋ ਅੱਜ ਮੈਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਪਲੇਟਲਰਸ ਕਾਊਂਟ ਵਧਾਉਣ ਬਾਰੇ ਵੀਡੀਓ ਸਾਂਝੀ ਕਰਨ ਜਾ ਰਿਹਾ ਹਾਂ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਨਾਲ ਹੀ ਸਾਡੇ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲਟਿਕ ਕਲਿੱਕ ਕਰ ਦਿਓ ਤਾਂ ਜੋ ਸੇਧ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਨੂੰ ਜਾਣਕਾਰੀ ਮਿਲ ਸਕੇ ਆਓ ਦੋਸਤੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਕਿਸੇ ਵਿਅਕਤੀ ਦੇ ਪਲੇਟਲੇਟਸ ਘਟ ਜਾਣਾ ਬਹੁਤ ਹੀ ਚਿੰਤਾਜਨਕ ਸਥਿਤੀ ਹੁੰਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਿਸ ਵਿਅਕਤੀ ਦੇ ਪਲੇਟਲੇਟਸ ਘਟ ਜਨ ਉਸ ਨੂੰ ਤੁਰੰਤ ਹੀ ਕਿਸੇ ਸਪੈਸ਼ਲਿਸਟ ਡਾਕਟਰ ਕੋ ਜਾ ਕੇ ਆਪਣਾ ਇਲਾਜ ਕਰਵਾ ਲੈਣਾ ਚਾਹੀਦਾ ਹੈ ਇੱਕ ਸਵਸਥ ਇਨਸਾਨ ਦੇ ਅੰਦਰ ਪਲੇਟਲੇਟਸ ਦੀ ਗਿਣਤੀ 1.5 ਲੱਖ ਤੋਂ ਲੈ ਕੇ 4.5 ਲੱਖ ਪ੍ਰਤੀ ਮਾਈਕਰੋਲੀਟਰ ਹੁੰਦੀ ਹੈ ਜਦ ਇਹ ਪਲੇਟलेट्स ਦੀ ਗਿਣਤੀ 1.5 ਲੱਖ ਪ੍ਰਤੀ ਮਾਈਕਰੋਲੀਟਰ ਤੋਂ ਘਟ ਜਾਵੇ ਤਾਂ ਇਸ ਨੂੰ ਲੋ ਪਲੇਟलेट्स ਮੰਨਿਆ ਜਾਂਦਾ ਹੈ ਦੋਸਤੋ ਜੇਕਰ ਪਲੇਟलेट्स ਘਟਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਦੇ ਘਟਣ ਦੇ ਕਈ ਕਾਰਨ ਹਨ ਜਿਸ ਤਰ੍ਹਾਂ ਕਿ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਬੁਖਾਰ ਕੁਝ ਪ੍ਰਕਾਰ ਦੇ ਕੈਂਸਰ ਅਤੇ ਕੀਮੋਥੈਰੇਪੀ ਟਰੀਟਮੈਂਟ ਜਿਨ੍ਹਾਂ ਦੇ ਕਾਰਨ ਇਨਸਾਨ ਦੇ ਅੰਦਰ ਪਲੇਟਲੇਟਸ ਦੀ ਗਿਣਤੀ ਘਟ ਜਾਂਦੀ ਹੈ। ਦੋਸਤੋ ਜਦ ਕਿਸੇ ਮਰੀਜ਼ ਦੇ ਪਲੇਟਲੇਟਸ ਘਟ ਜਾਣ ਤਾਂ ਉਸ ਨੂੰ ਆਪਣੇ ਡਾਕਟਰ ਦੇ ਨਾਲ ਸਲਾਹ ਕਰਕੇ ਮੈਡੀਸਨ ਲੈਣ ਦੇ ਨਾਲ-ਨਾਲ ਕੁਝ ਘਰੇਲੂ ਉਪਾਅ ਵੀ ਕਰ ਲੈਣੇ ਚਾਹੀਦੇ ਹਨ ਤਾਂ ਜੋ ਆਸਾਨੀ ਨਾਲ ਪਲੇਟਲੇਟਸ ਵਧ ਸਕਣ। ਅ우 ਜਾਣਦੇ ਹਾਂ ਉਹ ਕਿਹੜੇ ਘਰੇਲੂ ਉਪਾਅ ਹਨ ਜਿਨ੍ਹਾਂ ਦੇ ਨਾਲ ਪਲੇਟलेट्स ਵਧ ਸਕਦੇ ਹਨ ਨੰਬਰ 1 ਚੁਕੰਦਰ ਦੋਸਤੋ ਪਲੇਟलेट्स ਨੂੰ ਵਧਾਉਣ ਵਿੱਚ ਚੁਕੰਦਰ ਬਹੁਤ ਫਾਇਦਾ ਕਰਦਾ ਹੈ ਤੁਸੀਂ ਚੁਕੰਦਰ ਦਾ ਜੂਸ ਕੱਢ ਕੇ ਵੀ ਪੀ ਸਕਦੇ ਹੋ ਜਾਂ ਚੁਕੰਦਰ ਨੂੰ ਸਲਾਦ ਦੇ ਰੂਪ ਵਿੱਚ ਵੀ ਵਰਤ ਸਕਦੇ ਹੋ ਨੰਬਰ 2 ਪਪੀਤੇ ਦੇ ਪੱਤੇ ਦੋਸਤੋ ਪਲੇਟਲੈਟਸ ਨੂੰ ਵਧਾਉਣ ਵਿੱਚ ਪਪੀਤੇ ਦੇ ਪੱਤਿਆਂ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੁੰਦਾ ਹੈ। ਪਪੀਤੇ ਦੇ ਪੱਤਿਆਂ ਦਾ ਜੂਸ ਕੱਢ ਕੇ ਪੀਣ ਨਾਲ ਪਲੇਟਲੈਟਸ ਵਧ ਜਾਂਦੇ ਹਨ। ਨੰਬਰ 3 ਆਵਲਾ। ਦੋਸਤੋ ਆਵਲਾ ਇੱਕ ਇਮਿਊਨਿਟੀ ਬੂਸਟਰ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ। ਆਵਲੇ ਦੇ ਸੇਵਨ ਕਰਨ ਨਾਲ ਵੀ ਪਲੇਟਲੈਟਸ ਵਧਾਉਣ ਵਿੱਚ ਬਹੁਤ ਹੀ ਸਹਾਇਤਾ ਮਿਲਦੀ ਹੈ। ਦੋਸਤੋ ਇਸ ਤੋਂ ਇਲਾਵਾ ਕੀਵੀ ਫਲ गाजर नारियल पानी ਅਤੇ ਬੱਕਰੀ ਦਾ ਦੁੱਧ ਵੀ ਪਲੇਟਲੈਟਸ ਨੂੰ ਵਧਾਉਣ ਵਿੱਚ ਬਹੁਤ ਹੀ ਸਹਾਈ ਹੁੰਦਾ ਹੈ। ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਸੁਝਾਅ ਜ਼ਰੂਰ ਕਮੈਂਟ ਬਾਕਸ ਵਿੱਚ ਸਾਂਝੇ ਕਰਨਾ ਅਤੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ। ਧੰਨਵਾਦ।